नमस्कार दोस्तों, निरोग जीवन संस्थान के यूट्यूब चैनल आर बिला मीडिया में आपका स्वागत है। अपडेट फाजिलका के गांव करनी खेड़ा से आ रही है। यहां पर दशमेश पब्लिक स्कूल, स्माइल स्पोर्ट्स क्लब है, श्री राम कृपा सेवा संघ वेलफेयर सोसाइटी द्वारा संयुक्त रूप से रक्तदान शिविर का आयोजन किया गया है। जिस प्रकार से यहाँ पर बड़ी संख्या में युवा रक्तदान करने के लिए पहुँचे हुए हैं, यह शिविर दशमेश पब्लिक स्कूल के राजन जग्गा, स्माइल स्पोर्ट्स क्लब के अमन कुक्कड़ व श्री राम कृपा सेवा संघ वेलफेयर सोसाइटी के राजीव कुकड़ेजा के नेतृत्व में यहां पर संपन्न हुआ। देखिए किस तरह से यहां पर युवाओं में रक्तदान को लेकर उत्साह पाया जा रहा है। आपको लाइव कवरेज दिखा रहा हूं, बने रहे हमारे साथ, देखते रहे हमारा चैनल। फाजिलका के गांव करनी खेड़ा में स्थित दशमेश पब्लिक स्कूल का यह दृश्य है, जहां पर आज दशमेश पब्लिक स्कूल, स्माइल स्पोर्ट्स क्लब है, श्री राम कृपा सेवा संघ वेलफेयर सोसाइटी द्वारा संयुक्त रूप से रक्तदान शिविर आयोजित किया गया है। इस शिविर में फाजिलका के सिविल अस्पताल की टीम भी पहुंची हुई थी, जिनके द्वारा यहां पर युवाओं का रक्त कलेक्ट किया गया। जिस प्रकार से यहां पर बड़ी संख्या में युवा रक्तदान करने के लिए पहुंचे हुए हैं, आपको लाइव कवरेज दिखा रहा हूं, बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਪਹਿਲਾਂ ਤਾਂ ਜੀ ਮੈਂ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਾ, ਸਮਾਈਲ ਸਪੋਰਟਸ ਕਰਨੀ ਖੇੜਾ ਵੈਲਫੇਅਰ ਸੁਸਾਇਟੀ ਦਾ ਵੀ ਧੰਨਵਾਦ ਕਰਦਾ, ਅਮਨ ਕੁੱਕੜ ਜੀ, ਪ੍ਰਵੀਨ ਜੀ, ਕਾਲਾ ਸੰਧੂ ਜੀ ਦਾ ਧੰਨਵਾਦ ਕਰਦਾ, ਅਤੇ ਆਏ ਹੋਏ ਇਲਾਕੇ ਨਿਵਾਸੀਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਅੱਜ ਬਲੱਡ ਡੋਨੇਟ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪ੍ਰਾਂਗਣ ਵਿੱਚ ਦਸ਼ਮੇਸ਼ ਪਬਲਿਕ ਸਕੂਲ ਵਿੱਚ ਅੰਨੇ ਜਣੇ ਆ ਕੇ 80 ਬੰਦਿਆਂ ਨੇ ਇੱਥੇ ਆਪਣੇ ਕੋਲ 80 ਯੂਨਿਟ ਬਲੱਡ ਡੋਨੇਟ ਕਰ ਚੁੱਕੇ ਆ, ਅਤੇ ਹੋਰ ਵੀ ਲੋਕ ਆ ਰਹੇ ਆ, ਵੱਧ ਤੋਂ ਵੱਧ ਆ ਰਹੇ ਹੈ, ਅਤੇ ਮੈਂ ਸਾਰੇ ਇਲਾਕੇ ਨਿਵਾਸੀਆਂ ਦਾ ਧੰਨਵਾਦ ਕਰਦਾ, ਅਤੇ ਅਗਲੀ ਵਾਰੀ ਵੀ ਇਹ ਕੈਂਪ ਲਗਾਇਆ ਜਾਏ। ਸਰ, ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਗਏ ਸ਼ਿਵਰ ਨੂੰ ਲਗਾਉਣ ਵਾਸਤੇ? ਸਰ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਰਜੀਵ ਕੁਕਰੇਜਾ ਜੀ ਦਾ, ਜੋ ਕਿ ਸਾਡੇ ਪਿੰਡਾਂ 'ਚ ਆਏ ਹੈ, ਜੋ ਕਿ ਇਹਨਾਂ ਨੇ ਸਾਨੂੰ ਇੱਕ ਕੈਂਪ ਲਗਾਉਣ ਦਾ ਮੌਕਾ ਦਿੱਤਾ ਹੈ, ਅਤੇ ਉਸ ਤੋਂ ਬਾਅਦ ਦਸ਼ਮੇਸ਼ ਪਬਲਿਕ ਸਕੂਲ ਇਹਨਾਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਅਸੀਂ ਤਾਂ ਸਹਿਯੋਗ ਦਿੱਤਾ ਬਹੁਤ ਜ਼ਿਆਦਾ, ਅਤੇ ਸਾਡਾ ਬਹੁਤ ਹੀ ਯੁਵਾਵਾਂ ਨੇ ਜੋ ਕਿ ਸਾਥ ਦਿੱਤਾ ਹੈਗਾ, ਅਤੇ ਬਹੁਤ ਜ਼ਿਆਦਾ ਜਿਵੇਂ ਕੁਛ ਬਜ਼ੁਰਗ ਬੰਦੇ ਵੀ ਆਏ ਹੈ, ਲੇਡੀਜ਼ ਆਏ ਆ, ਬਜ਼ੁਰਗ ਹੈਂਡੀਕੈਪਟ ਵੀ ਆਏ ਹੈ, ਕਾਫੀ ਨੇ ਸਾਡੀ ਸਪੋਰਟ ਕੀਤੀ ਹੈ ਜੀ, ਜਿਹਦੇ ਕਰਕੇ ਸਾਡਾ ਹੁਣ ਇਸ ਟਾਈਮ 80+ ਯੂਨਿਟ ਡੋਨੇਟ ਹੋ ਚੁੱਕੇ ਹੈ, ਅਤੇ ਜਿਹਦੇ 'ਚ ਹਲੇ ਹੋਰ ਵੀ ਆ ਰਹੇ ਆ ਡੋਨੇਟ ਕਰਨ, ਅਤੇ ਬਹੁਤ ਬਹੁਤ ਮਿਹਰਬਾਨੀ ਹੈ। ਸਰ, ਜਿਹੜੀ ਤੁਹਾਡੀ ਸੁਸਾਇਟੀ ਹੈ, ਕਿਸ ਤਰ੍ਹਾਂ ਦੇ ਪ੍ਰਯਾਸ ਕਰ ਰਹੀ ਹੈ? ਸਾਡੀ ਸਮਾਈਲ ਸਪੋਰਟਸ ਕਲੱਬ ਕਰਨੀ ਖੇੜਾ ਦੀ ਹੈ ਸੁਸਾਇਟੀ ਜੀ, ਉਹ ਜੋ ਕਿ ਮੈਂਬਰ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ, ਜਿਹਦੇ 'ਚ ਅਸੀਂ ਸਪੋਰਟਸ ਦਾ ਕਾਰਿਆਕ੍ਰਮ ਵੀ ਕਰਾਉਂਦੇ ਹਾਂ ਜੀ, ਬਲੱਡ ਡੋਨੇਸ਼ਨ ਦਾ ਵੀ ਕਾਰਿਆਕ੍ਰਮ ਕਰਾਉਂਦੇ ਹਾਂ ਜੀ, ਬਾਕੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਜੀ ਅਸੀਂ ਗਰੀਬ ਪਰਿਵਾਰਾਂ ਦਾ, ਬੱਚਿਆਂ ਦਾ, ਉਹਨਾਂ ਦਾ ਵੀ ਅਸੀਂ ਸਾਥ ਦਿੰਦੇ ਹਾਂ ਜੀ। ਸਰ, ਕਿਸ ਤਰ੍ਹਾਂ ਦਾ ਸ਼ਿਵਰ ਲਗਾਇਆ ਗਿਆ ਜੀ ਇਹਦੇ ਬਾਰੇ ਜਾਣੇ? ਸਰ, ਅੱਜ ਇਹ ਕੈਂਪ ਪਿੰਡ ਕਰਨੀ ਖੇੜਾ ਦੇ ਵਿੱਚ ਸਾਡਾ ਦੂਸਰਾ ਕੈਂਪ ਹੈ, ਜੋ ਦਸ਼ਮੇਸ਼ ਪਬਲਿਕ ਸਕੂਲ ਪਿੰਡ ਕਰਨੀ ਖੇੜਾ ਔਰ ਸਮਾਈਲ ਸਪੋਰਟਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਹ ਸਾਡਾ ਇਸ ਕੈਂਪ ਦੂਜਾ ਕੈਂਪ ਲਗਾਇਆ ਗਿਆ, ਇਸ ਤੋਂ ਪਹਿਲਾਂ ਇਹ 2 ਸਾਲ ਪਹਿਲਾਂ ਲਗਾਇਆ ਸੀ ਕੈਂਪ, ਔਰ ਅੱਜ ਇਹ ਕੈਂਪ ਦੇ ਵਿੱਚ ਜੋ ਅਸੀਂ ਆ ਕੇ ਦੇਖਿਆ ਯੁਵਾਵਾਂ ਦੇ ਵਿੱਚ ਜੋ ਜੋਸ਼ ਸੀਗਾ, ਲਗਭਗ ਅਸੀਂ 80 ਯੂਨਿਟ ਕਰ ਚੁੱਕੇ ਹਾਂ, ਲਗਭਗ ਜੋ ਟਾਈਮ ਹੈ ਸਾਡੇ 12:45 ਹੋ ਚੁੱਕੇ ਹੈ, 1:30 ਤੱਕ ਸਾਡਾ ਟਾਈਮ ਹੈ, ਔਰ ਉਮੀਦ ਹੈ ਅਸੀਂ 100 ਤੱਕ ਦੇ ਕਰੀਬ ਪਹੁੰਚਣਾ ਚਾਹਾਂਗੇ, ਸ਼ਾਇਦ 100 ਵੀ ਹੋ ਜਾਣ, ਔਰ ਇਸੇ ਤਰ੍ਹਾਂ ਜੋ ਜਾਗਰੂਕਤਾ ਹੈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਇੰਨੇ ਲੋਕ ਉਮਰ ਕੇ ਪਹੁੰਚੇ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਔਰ ਦਸ਼ਮੇਸ਼ ਪਬਲਿਕ ਸਕੂਲ ਔਰ ਸਮਾਈਲ ਸਪੋਰਟਸ ਕਲੱਬ ਦੇ ਜਿਹੜੇ ਅਮਨ ਕੁੱਕੜ ਜੀ ਹੈ, ਰਾਜਨ ਜਗ੍ਹਾ ਜੀ ਹੈ, ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨਾਂ ਦੀ ਬਦੌਲਤ ਅੱਜ ਇਹ ਕੈਂਪ ਕਾਮਯਾਬ ਹੋਇਆ। ਸਰ, ਥੈਲੀਸੀਮੀਆ ਬਾਰੇ ਜਾਣਕਾਰੀ ਦਿਓ, ਕੀ ਕਿਸ ਤਰ੍ਹਾਂ ਦਾ ਰੋਗ ਹੈ ਔਰ ਇਹਦੇ ਵਾਸਤੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਕੀ ਪ੍ਰਯਾਸ ਕਰ ਰਹੀ ਹੈ? ਸਰ, ਥੈਲੀਸੀਮੀਆ ਇੱਕ ਗੰਭੀਰ ਬਿਮਾਰੀ ਹੈ, ਥੈਲੀਸੀਮੀਆ 2 ਪ੍ਰਕਾਰ ਦਾ ਹੈ, ਇੱਕ ਥੈਲੀਸੀਮੀਆ ਮਾਈਨਰ ਹੈ ਔਰ ਥੈਲੀਸੀਮੀਆ ਮੇਜ਼ਰ ਹੈ। ਮਾਈਨਰ ਕੋਈ ਬਿਮਾਰੀ ਨਹੀਂ ਹੈ, ਲੇਕਿਨ ਮੇਜ਼ਰ ਇੱਕ ਅਨੁਵੰਸ਼ਿਕ ਬਿਮਾਰੀ ਹੈ, ਜੋ ਬੱਚਾ ਆਪਣੀ ਮਾਂ ਦੇ ਗਰਭ ਤੋਂ ਲੈ ਕੇ ਪੈਦਾ ਹੁੰਦਾ ਹੈ। ਅਗਰ ਆਪਾਂ ਛੋਟੀ ਜੀ ਅਵੇਅਰਨੈਸ, ਛੋਟੀ ਜੀ ਜਾਗਰੂਕਤਾ ਦੇ ਤਹਿਤ ਆਪਾਂ ਅਗਰ ਆਪਣੀ ਬੋਡੀ ਦਾ ਇੱਕ ਟੈਸਟ, ਜੋ ਜ਼ਿੰਦਗੀ 'ਚ ਸਿਰਫ ਇੱਕ ਵਾਰ ਕਰਵਾਉਣਾ ਹੁੰਦਾ ਹੈ, ਜੇਕਰ ਆਪਾਂ ਇਹ ਟੈਸਟ ਕਰਵਾ ਲਈਏ ਤਾਂ ਆਪਾਂ ਉਸ ਬੱਚੇ ਨੂੰ ਜੋ ਥੈਲੇਸੀਮੀਆ ਮੇਜਰ ਨਾਲ ਪ੍ਰਭਾਵਿਤ ਹੁੰਦਾ ਹੈ, ਉਸ ਨੂੰ ਜਨਮ ਲੈਣ ਤੋਂ ਰੋਕ ਸਕਦੇ ਹਾਂ। ਥੈਲੇਸੀਮੀਆ ਮਾਈਨਰ ਕੋਈ ਵੀ ਹੋ ਸਕਦਾ ਹੈ, ਸ਼ਾਇਦ ਮੈਂ ਵੀ ਹੋ ਸਕਦਾ, ਮੇਰੇ ਨਾਲ ਅਮਨ ਜੀ ਖੜ੍ਹੇ ਆ, ਰਾਜਨ ਜੀ ਖੜ੍ਹੇ ਆ, ਇਹ ਵੀ ਹੋ ਸਕਦੇ ਹੈ। ਅਗਰ ਸਾਡੀ ਸ਼ਾਦੀ ਥੈਲੇਸੀਮੀਆ ਮਾਈਨਰ ਲੜਕੀ ਨਾਲ ਹੋ ਜਾਂਦੀ ਹੈ, ਤਾਂ ਥੈਲੇਸੀਮੀਆ ਮਾਈਨਰ ਪਲੱਸ ਮਾਈਨਰ ਜੋ ਬੱਚਾ ਹੈ ਉਸਦਾ 25% ਚਾਂਸਿਸ ਹੈ ਔਰ ਕਿ ਉਹ ਬੱਚਾ ਥੈਲੇਸੀਮੀਆ ਮੇਜ਼ਰ ਨਾਲ ਪ੍ਰਭਾਵਿਤ ਹੋ ਕੇ ਪੈਦਾ ਹੋਏ, ਔਰ ਜੋ ਥੈਲੇਸੀਮੀਆ ਮੇਜ਼ਰ ਹੈ ਉਹ ਬੱਚਾ ਅਗਰ ਜਿੰਨੀ ਵੀ ਉਹਦੀ ਜ਼ਿੰਦਗੀ ਹੈ ਉਸਨੂੰ ਆਪਣੀ ਪੂਰੀ ਜ਼ਿੰਦਗੀ ਦੇ ਦੌਰਾਨ ਲਗਭਗ 1500 ਤੋਂ 2000 ਯੂਨਿਟਸ ਬਲੱਡ ਲੱਗ ਜਾਂਦਾ ਹੈ, ਇਸਦਾ ਕੋਈ ਵੀ ਇਲਾਜ ਨਹੀਂ ਹੈ। ਅਗਰ ਆਪਾਂ ਇੱਕ ਛੋਟਾ ਜਿਹਾ ਟੈਸਟ ਕਰਾ ਲੈਂਦੇ ਹਾਂ ਕਿ ਥੈਲੇਸੀਮੀਆ ਤੁਸੀਂ ਮਾਈਨਰ ਹੋ ਜਾਂ ਨਹੀਂ, ਇਹਦਾ ਨਾਮ ਹੈ HbA2 ਟੈਸਟ। ਅਗਰ ਆਪਾਂ HbA2 ਟੈਸਟ ਕਰਾ ਲਈਏ, ਉਹਦੇ 'ਚ ਵੈਰੀਫਾਈ ਹੋ ਜਾਂਦਾ ਕਿ ਆਪਾਂ ਥੈਲੇਸੀਮੀਆ ਮਾਈਨਰ ਹਾਂ ਜਾਂ ਨਹੀਂ ਹਾਂ। ਸਪੋਜ਼ ਮੈਂ ਆਪਣਾ ਟੈਸਟ ਕਰਾਇਆ
मैं थैलीसीमिया माइनर निकलिया तो मैं अपने लिए सोच ये देखनी है कि जिस लड़की नाल मेरी शादी होने जा रही है कि वो लड़कियाँ लड़की थैलीसीमिया माइनर है या नहीं है। ये मायने जरूर रखता है कि उसका टेस्ट शुरू करवाया जाए। अगर वो लड़की थैलीसीमिया माइनर है तो कई बार भी हो जाता है कि फर्स्ट इशू तो बाद सैकेंड इशू ही थैलीसीमिया मेजर ही हो सकता है। सो आप छोटी जी अवेयरनैस अगर आप टेस्ट करा लेंगे तो आप इस बीमारी तो उस बच्चे का जन्म लेने तो प्रभावित जो बच्चा होगा उन्होंने रोक सकते हैं और पता नहीं किन्ने हज़ारों यूनिट आप बचा सकते हैं।